ਸਪੈਲਿੰਗ ਜਿਹੜੇ ਗਲਤ ਲਿਖੇ ਗਏ ਆ ਉਹ ਮੈਂ ਮੁੱਛੀ ਨੂੰ ਕਿਹਾ ਵੀ ਸੀ, ਉਹ ਐਕਚੁਅਲੀ ਮੁੱਛੀ ਨੂੰ ਕਿਹਾ ਸੀ ਉਹ ਥੋੜ੍ਹਾ ਜਿਹਾ ਸਾਡੇ ਕੋਲ ਮਿਸਟੇਕ ਹੋਈ ਆ ਵੀ ਉਹ ਜਲਦੀ ਜਲਦੀ ਵਿੱਚ ਉਹਨੇ ਮੁੰਡੇ ਨੇ ਪੀ ਦੀ ਜਗ੍ਹਾ ਆਰ ਦੀ ਜਗ੍ਹਾ ਪੀ ਲਿਖਣਾ ਸੀ, ਮਤਲਬ ਆਰ ਲਿਖਣਾ ਸੀ ਉਹ ਪਰ ਪੀ ਲਿਖਿਆ ਗਿਆ। ਹੋਰ ਸਪੈਲਿੰਗ ਗਲਤ ਹੈਗੇ ਆ, ਇੰਟੈਲੀਜੈਂਟ ਦੇ ਵਿੱਚ ਵੀ ਸਪੈਲਿੰਗ ਜਿਹੜੇ ਗਲਤ ਆ। ਹਾਂਜੀ ਹਾਂਜੀ, ਇੰਟੈਲੀਜੈਂਟ ਚੀਜ਼ ਗਲਤ ਆ। ਉਹਦੇ ਵਿੱਚ ਕੀ ਗਲਤੀ ਕੀ ਆ? ਸਕਰੀਨ 'ਤੇ ਦਿਖ ਰਿਹਾ ਇਹ ਸ਼ਬਦ ਹੈ ਕਰੇਜੀਅਸ, ਜੋ ਤੁਸੀਂ ਕਈ ਵਾਰ ਸੁਣਿਆ ਵੀ ਹੋਵੇਗਾ, ਪਰ ਕੀ ਤੁਸੀਂ ਕਦੇ ਕੁਪੇਜੀਅਸ ਸ਼ਬਦ ਸੁਣਿਆ ਜੋ ਇਸ ਦੀਵਾਰ 'ਤੇ ਲਿਖਿਆ ਹੋਇਆ? ਇੱਕ ਹੋਰ ਸ਼ਬਦ ਦੇਖੋ ਇੰਟੈਲੀਜੈਂਟ, ਇਹ ਵੀ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ, ਪਰ ਤੁਸੀਂ ਕਦੇ ਇੰਟੈਲੀਜੈਂਟ ਸ਼ਬਦ ਨਹੀਂ ਸੁਣਿਆ ਹੋਵੇਗਾ। ਇਹ ਸ਼ਬਦ ਵੀ ਇਸੇ ਦੀਵਾਰ 'ਤੇ ਹੀ ਲਿਖਿਆ ਹੋਇਆ ਹੈ। ਹੁਣ ਇਹ ਦੀਵਾਰ ਕੋਈ ਆਮ ਇਮਾਰਤ ਦੀ ਨਹੀਂ ਹੈ, ਸਗੋਂ ਥਾਣਾ ਰੇਲਵੇ ਪੁਲਿਸ ਜਲੰਧਰ ਸ਼ਹਿਰ ਦੀ ਹੈ, ਜਿਸ ਦੀ ਕੁਝ ਦਿਨ ਪਹਿਲਾਂ ਹੀ ਮੁਰੰਮਤ ਵੀ ਕੀਤੀ ਗਈ। ਜਦੋਂ ਇਹਨਾਂ ਸ਼ਬਦਾਂ ਦੇ ਬਾਰੇ ਥਾਣੇ ਦੇ SHO ਨੂੰ ਪੁੱਛਿਆ ਗਿਆ ਤਾਂ ਕੀ ਕਹਿਣਾ ਹੈ SHO ਸਾਹਿਬ ਦਾ, ਤੁਸੀਂ ਵੀ ਸੁਣੋ। ਕਲਿਆਣ ਸਾਹਿਬ ਇੱਕ ਗੱਲ ਇਹ ਦੱਸੋ, ਮੇਰੀ ਨਿਗਾਹ ਤੁਹਾਡੀ ਜਿਹੜੀ ਆ ਪੁਲਿਸ ਦੀ ਪਰਿਭਾਸ਼ਾ ਲਿਖੀ ਗਈ ਆ, ਮੈਂ ਮੁਲਾਜ਼ਮਾਂ ਨੂੰ ਕਹੂੰਗਾ ਕਿ ਪੋਲਾਈਟ ਓਬੀਡੀਐਂਟ ਜਿਹੜੀ ਦਿੱਤੀਆਂ ਗਈਆਂ ਨੇ, ਪਰ ਜਿਹੜੇ ਸਪੈਲਿੰਗ ਜਿਹੜੇ ਗਲਤ ਲਿਖੇ ਗਏ ਆ ਉਹ ਮੈਂ ਮੁੰਛੀ ਨੂੰ ਕਿਹਾ ਵੀ ਸੀ, ਉਹ ਐਕਚੁਅਲੀ ਮੁੰਛੀ ਨੂੰ ਕਿਹਾ ਸੀ ਉਹ ਥੋੜ੍ਹਾ ਜਿਹਾ ਸਾਡੇ ਕੋਲ ਮਿਸਟੇਕ ਹੋਈ ਆ ਵੀ ਉਹ ਜਲਦੀ ਜਲਦੀ ਵਿੱਚ ਉਹਨੇ ਮੁੰਡੇ ਨੇ ਪੀ ਦੀ ਜਗ੍ਹਾ ਆਰ ਦੀ ਜਗ੍ਹਾ ਪੀ ਲਿਖਣਾ ਸੀ, ਮਤਲਬ ਆਰ ਲਿਖਣਾ ਸੀ ਉਹ ਪਰ ਪੀ ਲਿਖਿਆ ਗਿਆ ਕਰੇਜੀਅਸ ਜਿਹੜਾ। ਇੱਕ ਹੋਰ ਸਪੈਲਿੰਗ ਗਲਤ ਹੈਗੇ ਆ, ਇੰਟੈਲੀਜੈਂਟ ਦੇ ਵਿੱਚ ਵੀ ਸਪੈਲਿੰਗ ਜਿਹੜੇ ਗਲਤ ਆ। ਹਾਂਜੀ ਹਾਂਜੀ, ਇੰਟੈਲੀਜੈਂਟ ਚੀਜ਼ ਗਲਤ ਆ। ਹਾਂਜੀ, ਉਹਦੇ ਵਿੱਚ ਕੀ ਗਲਤੀ ਕੀ ਆ? ਉਹਦੇ 'ਚ ਦੇਖੋ ਜੀ INT ਪੈਣਾ ਸੀ ਨਾ ਇੰਟੈਲੀਜੈਂਟ। ਕਦੋਂ ਦੇ ਲਿਖਵਾਏ ਤੁਸੀਂ ਇਹ? ਹੁਣ ਇਹ ਰੀਸੈਂਟ ਸਾਡੀ ਹਾਲੇ ਤਿਆਰੀ ਚੱਲ ਰਹੀ ਆ, ਹਾਲੇ ਤਾਂ ਹਾਲੇ ਹੋਰ ਵੀ ਕਲੀ ਜਿਹੜੀ ਆ ਸਾਡੀ ਵਾਈਟ ਵਾਸ਼ ਚੱਲ ਹੀ ਰਿਹਾ, ਅਤੇ ਆਪਾਂ ਜਲਦੀ ਇਹਨੂੰ ਅੱਜ ਕੱਲ੍ਹ ਦੇ ਵਿੱਚ ਵਿੱਚ ਕਰ। ਮਤਲਬ ਇਹ ਮੈਂ ਇਹ ਸਵਾਲ ਤਾਂ ਪੁੱਛਿਆ ਕਿ ਪਹਿਲਾਂ ਜਦੋਂ ਮੈਂ ਆਇਆ ਸੀਗਾ ਤਾਂ ਇੱਥੇ ਕਾਫੀ ਲੋਕ ਆਉਂਦੇ, ਬਾਹਰੋਂ ਵੀ ਆਉਂਦੇ ਜਾਂਦੇ, ਤਾਂ ਪੁਲਿਸ ਦਾ ਫਿਰ ਇੱਕ ਛਵੀ ਜਿਹੜੀ ਆ ਉਹ ਇੱਕ ਨਿੱਕੀ ਜਿਹੀ ਗੱਲ ਤੋਂ ਖਰਾਬ ਹੁੰਦੀ ਹੈ? ਨਹੀਂ ਬਿਲਕੁਲ ਬਿਲਕੁਲ, ਇਹਨੂੰ ਕਰਵਾ ਦਿੰਦੇ ਜੀ, ਹੁਣੇ ਕਰਾਉਂਦੇ। ਐਕਚੁਅਲੀ ਜਿਹਦੇ ਕੋਲੋਂ ਲਿਖਵਾਇਆ ਹੋਏਗਾ ਨਾ ਉਹ ਲੜਕਾ ਥੋੜ੍ਹਾ ਜਿਹਾ ਜਿਹੜਾ ਰਾਈਟਰ ਆ ਉਹਨੇ ਲਿਖਣ 'ਚ ਗਲਤੀ ਕਰ ਦਿੱਤੀ ਆ, ਬਾਕੀ ਕੋਈ ਨਹੀਂ, ਇਹਨੂੰ ਠੀਕ ਕਰਵਾ ਲੈਣੇ ਜਲਦੀ। ਮਤਲਬ ਇਹ ਸਵਾਲ ਸਾਡਾ ਕੋਈ ਐ ਨਾ ਸਮਝਿਓ ਕਿ ਤੁਹਾਡੀ ਬੇਇੱਜ਼ਤੀ ਜਾਂ ਨੀਵਾਂ ਦਿਖਾਉਣ ਲਈ ਕੀਤਾ, ਪਰ ਇਹ ਵੀ ਚੀਜ਼ਾਂ ਜਿਹੜੀਆਂ ਨੇ ਜ਼ਰੂਰ ਧਿਆਨ ਦੇ ਵਿੱਚ ਲਿਆਉਣੀਆਂ ਚਾਹੀਦੀਆਂ ਨੇ। ਕੈਮਰਾਮੈਨ ਪਵਨ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ TV, ਜਲੰਧਰ।